ਜੋ ਤੇਰਾ ਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਾਣਾਂਗੇ ਕਿ ਕਿਸਮਤ ਕੀ ਹੈ ਕਿਸਮਤ ਪਾਰੇ ਅਕਸਰ ਸਾਨੂੰ ਦੋ ਵਿਚਾਰ ਸੁਣਨ ਨੂੰ ਮਿਲਦੇ ਹਨ ਇੱਕ ਕਿ ਬੰਦਾ ਆਪਣੀ ਕਿਸਮਤ ਆਪ ਲਿਖਦਾ ਹੈ ਤੇ ਦੂਜਾ ਕਿ ਪਰਮਾਤਮਾ ਬੰਦੇ ਦੀ ਕਿਸਮਤ ਲਿਖਦਾ ਹੈ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਸਾਨੂੰ ਗੁਰਬਾਣੀ ਅਨੁਸਾਰ ਸਮਝਾਓ ਕਿ ਕਿਸਮਤ ਕੀ ਹੈ ਕੀ ਬੰਦਾ ਆਪਣੀ ਕਿਸਮਤ ਆਪ ਲਿਖਦਾ ਹੈ ਕਿ ਪਰਮਾਤਮਾ ਉਸਦੀ ਕਿਸਮਤ ਲਿਖਦਾ ਹੈ ਇਹਨਾਂ ਦੋਨਾਂ ਵਿਚਾਰਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਕਿ ਬੰਦਾ ਆਪਣੀ ਕਿਸਮਤ ਆਪ ਲਿਖਦਾ ਹੈ ਕਿ ਉਸਦੀ ਕਿਸਮਤ ਪਰਮਾਤਮਾ ਲਿਖਦਾ ਹੈ ਇਹਨਾਂ ਦੋਨਾਂ ਵਿਚਾਰਾਂ ਦਾ ਆਪਸ ਵਿੱਚ ਬਹੁਤ ਹੀ ਗਹਿਰਾ ਕਨੈਕਸ਼ਨ ਹੈ ਕਿਵੇਂ ਹੈ ਗਹਿਰਾ ਕਨੈਕਸ਼ਨ ਚਲੋ ਮੰਨ ਲਓ ਕਿ ਪਰਮਾਤਮਾ ਹੀ ਸਾਡੀ ਕਿਸਮਤ ਲਿਖਦਾ ਹੈ ਤਾਂ ਗੁਰੂ ਮਹਾਰਜ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਪਰਮਾਤਮਾ ਦਾ ਸਾਡੇ ਨਾਲ ਕੀ ਕਨੈਕਸ਼ਨ ਹੈ ਗੁਰਮਾਰਾ ਜੀ ਕਹਿੰਦੇ ਨੇ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁੱਕਨੇ ਰੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਮਤਲਬ ਪਰਮਾਤਮਾ ਸਾਡਾ ਮਾਤਾ ਪਿਤਾ ਹੈ ਨਾਲ ਮਹਾਰਾਜ ਇਹ ਵੀ ਕਹਿੰਦੇ ਨੇ ਕਿ ਪਰਮਾਤਮਾ ਦੇ ਘਰ ਸਦਾ ਹੀ ਇਨਸਾਫ ਹੈ ਤੇਰੇ ਘਰ ਸਦਾ ਸਦਾ ਹਨਿਆਉ ਸੱਚਾ ਆਪ ਸੱਚਾ ਦਰਵਾਰ ਉਹ ਪਰਮਾਤਮਾ ਜਿਹੜਾ ਸਾਡਾ ਮਾਤਾ ਪਿਤਾ ਹੈ ਜਿੱਤੇ ਘਰ ਸਦਾ ਸਦਾ ਇਨਸਾਫ ਹੈ ਉਹ ਫਿਰ ਸਾਡੀ ਕਿਸਮਤ ਕਿਵੇਂ ਦੀ ਲਿਖੇਗਾ ਚਲੋ ਕਿਰਨਦੀਪ ਕੌਰ ਜੀ ਤੁਹਾਡੇ ਦੋ ਬੱਚੇ ਨੇ ਤੁਸੀਂ ਦੱਸੋ ਅਗਰ ਪਰਮਾਤਮਾ ਤੁਹਾਨੂੰ ਕਹੇ ਕਿ ਆਪਣੇ ਦੋਨੋਂ ਬੱਚਿਆਂ ਦੀ ਕਿਸਮਤ ਲਿਖੋ ਤੁਸੀਂ ਕਿਹੋ ਜੀ ਕਿਸਮਤ ਲਿਖੋਗੇ ਬਹੁਤ ਵਧੀਆ ਲਿਖੂੰਗੀ ਅੱਛਾ ਕਿਸਮਤ ਲਿਖਣ ਵੇਲੇ ਕੀ ਤੁਸੀਂ ਇਸ ਤਰ੍ਹਾਂ ਲਿਖੋਗੇ ਕਿ ਇੱਕ ਬੱਚਾ ਤੁਹਾਡਾ ਬਹੁਤ ਵਧੀਆ ਹੋਵੇ ਇੱਕ ਦੀ ਚੰਗੀ ਕਿਸਮਤ ਜਾਂ ਇੱਕ ਦੀ ਮਾੜੀ ਇਸ ਤਰ੍ਹਾਂ ਤੁਸੀਂ ਲਿਖੋਗੇ ਨਹੀਂ ਮੈਂ ਤਾਂ ਦੋਨਾਂ ਦੀ ਬਰਾਬਰ ਲਿਖਾਂਗੀ ਕਿਉਂ ਤੁਸੀਂ ਬਰਾਬਰ ਲਿਖੋਗੇ ਕਿਉਂਕਿ ਦੋਨਾਂ ਨੂੰ ਇੱਕੋ ਜਿਹਾ ਹੀ ਪਿਆਰ ਕਰਦੇ ਆ ਹਾਂਜੀ ਤਾਂ ਇਸ ਤਰ੍ਹਾਂ ਪਰਮਾਤਮਾ ਵੀ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ ਕਿਉਂਕਿ ਉਹ ਸਭ ਦਾ ਹੀ ਮਾਤਾ ਪਿਤਾ ਹੈ ਕਿਉਂਕਿ ਅਸੀਂ ਸਾਰੇ ਪਰਮਾਤਮਾ ਦੇ ਹੀ ਬੱਚੇ ਹਾਂ ਕਿ ਪਰਮਾਤਮਾ ਇਸ ਤਰ੍ਹਾਂ ਆਪਣੇ ਬੱਚਿਆਂ ਦੀ ਅਲੱਗ-ਅਲੱਗ ਕਿਸਮਤ ਲਿਖ ਸਕਦਾ ਹੈ ਕਿ ਇੱਕ ਜਣਾ ਬਹੁਤ ਅਮੀਰ ਹੋਵੇ ਇੱਕ ਜਣਾ ਗਰੀਬੀ ਦਾ ਜੀਵਨ ਭੋਗੇ ਇੱਕ ਦਾ ਤੰਦਰੁਸਤ ਸਰੀਰ ਔਰ ਦੂਸਰਾ ਰੋਗਾਂ ਦੇ ਨਾਲ ਜਕੜਿਆ ਹੋਇਆ ਸਰੀਰ ਇੱਕ ਨੂੰ ਦੁਨੀਆ ਦੀ ਸਾਰੀ ਸੁਖ ਸੁਭਦਾ ਮਿਲ ਜਾਵੇ ਇੱਕ ਦਰਦ ਦਰਦ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੋ ਜਾਵੇ ਕੀ ਪਰਮਾਤਮਾ ਇਸ ਤਰ੍ਹਾਂ ਦੇ ਬੱਚਿਆਂ ਦੀ ਕਿਸਮਤ ਲਿਖ ਸਕਦਾ ਹੈ ਪਰ ਇਹ ਹੁੰਦਾ ਜੀਵਨ ਦੇ ਵਿੱਚ ਸੋ ਪਰਮਾਤਮਾ ਦਾ ਕਿਸਮਤ ਲਿਖਣ ਦਾ ਕੋਈ ਆਧਾਰ ਹੈ ਕੋਈ ਬੇਸ ਹੈ ਕੋਈ ਸਿਧਾਂਤ ਨਹੀਂ ਉਹ ਸਿਧਾਂਤ ਉਹ ਆਧਾਰ ਸਾਨੂੰ ਗੁਰੂ ਮਹਾਰਾਜ ਜੀ ਦੀ ਗੁਰਬਾਣੀ ਵਿੱਚ ਸਮਝਾਉਂਦੇ ਨੇ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਜਿਹਾ ਬੀਜ ਸੋ ਲੁਣੇ ਕਰਮਾਂ ਸੰਧਰਾ ਖੇਤ ਜਿਹਾ ਬੀਜ ਸੋ ਲੁਣੇ ਪੁਰਬ ਕਿਨੇ ਬੋਇਆ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਸੋ ਗੁਰੂ ਮਹਾਰਾਜ ਜੀ ਸਾਨੂੰ ਬਾਰ ਬਾਰ ਬਾਣੀ ਵਿੱਚ ਕਰਮਾਂ ਦੀ ਫਿਲਾਸਫੀ ਸਮਝਾਉਂਦੇ ਨੇ ਐ ਬੰਦੇ ਐ ਮਨੁੱਖ ਜੋ ਵੀ ਤੂੰ ਕਰਮਾਂ ਦੇ ਬੀਜ ਬੀਜਣੇ ਨੇ ਉਹਨਾਂ ਦਾ ਫਲ ਤੈਨੂੰ ਭੋਗਣਾ ਹੀ ਪੈਣਾ ਹੈ ਤੋ ਸੋਸੀ ਪਰਮਾਤਮਨ ਦੋਸ਼ ਨਹੀਂ ਦੇ ਸਕਦੇ ਕਿ ਪਰਮਾਤਮਾ ਨੇ ਮੇਰੀ ਬਾਣੀ ਕਿਸਮਤ ਲਿਖ ਦਿੱਤੀ ਜਾਂ ਕਿਸੇ ਦੀ ਚੰਗੀ ਲਿਖ ਦਿੱਤੀ ਗੁਰੂ ਮਹਾਰਾਜ ਜੀ ਇਹ ਵੀ ਬਾਣੀ ਵਿੱਚ ਸਾਨੂੰ ਬਿਲਕੁਲ ਕਲੀਅਰ ਕਰ ਰਹੇ ਨੇ ਦੱਦੇ ਦੋਸਤਾਂ ਦੇਉ ਕਿਸੈ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨਾ ਦੀਜੈ ਅਵਰਜਨਾ ਤੋ ਕਿਸੇ ਦਾ ਵੀ ਦੋਸ਼ ਨਹੀਂ ਜੋ ਕਰਮਾਂ ਦੇ ਬੀਜ ਬੀਜੇ ਨੇ ਉਹਨਾਂ ਕਰਮਾਂ ਦਾ ਫਲ ਹੀ ਹੈ ਜੋ ਸਾਡੀ ਅੱਗੇ ਆ ਕੇ ਕਿਸਮਤ ਬਣ ਜਾਂਦਾ ਹੈ ਜਾਂ ਇਉਂ ਕਹਿ ਲਓ ਕਰਮ ਹੀ ਕਿਸਮਤ ਹੈ ਫਿਰ ਮਾਤਾ ਜੀ ਤਾਂ ਸਾਨੂੰ ਸਮਝ ਲੱਗ ਗਈ ਕਿ ਕਰਮਾਂ ਤੋਂ ਹੀ ਕਿਸਮਤ ਬਣਦੀ ਹੈ ਪਰ ਤੁਸੀਂ ਸਾਨੂੰ ਇਹ ਸਮਝਾਓ ਫਿਰ ਕਰਮ ਕਿਵੇਂ ਬਣਦੇ ਹਨ ਇਹ ਸਵਾਲ ਬਹੁਤ ਹੀ ਅੱਛਾ ਹੈ ਕਿਉਂਕਿ ਸਾਨੂੰ ਕਰਮਾਂ ਤੇ ਹੀ ਧਿਆਨ ਦੇਣਾ ਚਾਹੀਦਾ ਹੈ ਕਰਮ ਤਿੰਨ ਤਰ੍ਹਾਂ ਕਰਕੇ ਬਣਦੇ ਨੇ ਮਨ ਵਚਨ ਤੇ ਕਰਨ ਮਨ ਮਤਲਬ ਸਾਡੇ ਥੌਟਸ ਸਾਡੀ ਅੰਦਰ ਜਿਸ ਤਰ੍ਹਾਂ ਦੀਆਂ ਇੰਟੈਂਸ਼ਨਸ ਨੇ ਕਈ ਵਾਰ ਕੀ ਹੁੰਦਾ ਅਸੀਂ ਕਿਸੇ ਨੂੰ ਬੜਾ ਖੁਸ਼ ਹੋ ਕੇ ਮਿਲਦੇ ਹਾਂ ਲੇਕਿਨ ਅੰਦਰ ਸਾਡੇ ਜਿਹੜੀ ਇੰਟੈਂਸ਼ਨ ਅੱਛੀ ਨਹੀਂ ਹੁੰਦੀ ਦਿਖਾ ਰਹਾ ਕੁਝ ਹੋਰ ਹੁੰਦੇ ਆ ਅੰਦਰ ਕੁਝ ਮਨ ਦੇ ਵਿੱਚ ਮੈਲਾਂ ਚੱਲ ਰਹੀਆਂ ਹੁੰਦੀਆਂ ਨੇ ਅੰਦਰ ਹੋਰ ਰੂਪ ਹੁੰਦਾ ਹੈ ਤੋਂ ਇਹ ਵੀ ਸਾਡੇ ਕਰਮ ਬਣਦੇ ਨੇ ਦੂਸਰਾ ਹੈ ਬਚਨ ਮਤਲਬ ਬੋਲਣਾ ਕਰਕੇ ਆਪਣੀ ਬਾਣੀ ਕਰਕੇ ਕਈ ਵਾਰ ਅਸੀਂ ਕੋੜੇ ਸ਼ਬਦਾਂ ਦਾ ਇਸਤੇਮਾਲ ਕਰ ਦਿੰਦੇ ਹਾਂ ਜੇ ਇਹੋ ਜੀ ਦਿਲ ਚੁੱਭ ਵੀ ਕਿਸੇ ਨੂੰ ਗੱਲ ਕਹਿ ਦਿੰਦੇ ਆ ਕਿ ਅੰਦਰੋਂ ਭੁੱਲਦਾ ਹੀ ਨਹੀਂ भी कर्म बन जाते हैं अगर अस मिठे सुखदाई बोल बोलीए तो वातावरण माहौल कितना शुभ करम भीज़ तीसरा है करम प्रैक्टिकल करम जो करते हाँ अच्छे करम भी बीज सकते हैं और माड़े कर्म भी बीज सकते हैं अच्छे साक कि जिम्मे सेवा सिमरन पर उपकार किसी का भला करना किसी की हैल्प करनी इवे अच्छे करमा के बीज बीज सकते और बुरे करम बीज कि बीज सकते ਕਿਸੇ ਨੂੰ ਧੋਖਾ ਦੇ ਦੇਣਾ ਲੋਭ ਦੇ ਕਾਰਨ ਦੇਹਜ ਮੰਗਣਾ ਜਾਂ ਕਿਸੇ ਨਾਲ ਠੱਗੀ ਠੋਰੀ ਕਰ ਦੇਣੀ ਬਦਲਾ ਲੈਣ ਦੀ ਭਾਵਨਾ ਰੱਖ ਕੇ ਕਿਸੇ ਦਾ ਨੁਕਸਾਨ ਕਰ ਦੇਣਾ ਇਹ ਵੀ ਅਸੀਂ ਮਾੜੇ ਕਰਮਾਂ ਦੇ ਬੀਜ ਵੀ ਬੀਜ ਸਕਦੇ ਹਾਂ ਸੋ ਤਿੰਨ ਤਰ੍ਹਾਂ ਕਰਕੇ ਸਾਡੇ ਕਰਮ ਬਣਦੇ ਨੇ ਸਾਡੀਆਂ ਇੰਟੈਂਸ਼ਨਸ ਕਰਕੇ ਸਾਡੇ ਵਰਡਸ ਕਰਕੇ ਔਰ ਸਾਡੇ ਐਕਸ਼ਨਸ ਕਰਕੇ ਸੋ ਅਗਰ ਅਸੀਂ ਵਧੀਆ ਕਿਸਮਤ ਚਾਹੁੰਦੇ ਹਾਂ ਤਾਂ ਇਹਨਾਂ ਤਿੰਨਾਂ ਚੀਜ਼ਾਂ ਦਾ ਅਸੀਂ ਧਿਆਨ ਰੱਖੀਏ ਨਾ ਹੀ ਮਾੜਾ ਸੋਚੀਏ ਨਾ ਹੀ ਮਾੜਾ ਬੋਲੀਏ ਔਰ ਨਹੀਂ ਕਰਮਾਂ ਦੇ ਮਾੜੇ ਬੀਜ ਬੀਜिए ਸਾਡਾ ਤਾਂ ਇਹ ਹਿਸਾਬ ਹੈ ਇਹਨਾਂ ਚੀਜ਼ਾਂ ਦਾ ਅਸੀਂ ਧਿਆਨ ਨਹੀਂ ਰੱਖਦੇ ਸਭ ਕੁਝ ਮਾੜਾ ਕਰੀ ਜਾਂਦੇ ਆਂ ਔਰ ਚਾਹਦੇ ਆਂ ਕਿ ਸਾਡੀ ਕਿਸਮਤ ਬਹੁਤ ਵਧੀਆ ਹੋਵੇ ਤਾਂ ਗੁਰੂ ਮਹਾਰਾਜ ਜੀ ਫਿਰ ਸਾਨੂੰ ਕਹਿੰਦੇ ਨੇ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਆਓ ਨਿਓ ਵੀ ਕਰਮਾਂ ਦੇ ਬੀਜ ਤਾਂ ਤੁਸੀਂ ਜ਼ਹਿਰ ਵਰਗੇ ਮਾੜੇ ਬੀਜੀ ਜਾਂਦੇ ਹੋ ਔਰ ਚਾਹਦੇ ਹੋ ਕਿ ਕਿਸਮਤ ਸਾਡੀ ਵਧੀਆ ਹੋ ਜਾਵੇ ਸੋ ਅਗਰ ਚਾਹਦੇ ਆਂ ਕਿਸਮਤ ਵਧੀਆ ਹੋਵੇ ਤਾਂ ਫਿਰ ਸ਼ੁਭ ਕਰਮਾਂ ਦੇ ਬੀਜ ਬੀਜੇ ਜਾਣ ਤਾਂ ਕਿ ਸਾਡੀ ਕਿਸਮਤ ਬਹੁਤ ਹੀ ਵਧੀਆ ਹੋ ਜਾਵੇ ਮਾਤਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਗੁਰਬਾਣੀ ਅਨੁਸਾਰ ਸਮਝਾਇਆ ਕਿ ਕਿਸਮਤ ਕਰਮਾਂ ਤੋਂ ਬਣਦੀ ਹੈ ਇਸ ਲਈ ਵਧੀਆ ਕਰਮਾਂ ਦੇ ਬੀਜ ਬੀਜੇ ਜਾਣ ਅਗਲੀ ਵਾਰ ਅਸੀਂ ਇੱਕ ਹੋਰ ਸਵਾਲ ਲੈ ਕੇ ਗੁਰਬਾਣੀ ਵਿੱਚੋ ਵਿਚਾਰ ਜਾਰੀ ਰੱਖਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ